ਸਤਿ ਸ਼੍ਰੀ ਅਕਾਲ ਜੀ ਮੈਂ ਸੁਆਤੀ ਸਖਸੈਨਾ ਪੰਜਾਬੀ ਖਬਰਾਂ ਵੇਖ ਰਹੀ ਆਪ ਸਭ ਦਾ ਸਵਾਗਤ ਕਰਦੀ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਗੱਲ ਹੈਡਲਾਈਨਸ ਦੀ ਕਿਸਾਨਾਂ ਦੇ ਚੱਕਾ ਜਾਮ ਸੰਬੰਧੀ ਦਿੱਲੀ ਪੁਲਿਸ ਕਮਿਸ਼ਨਰ ਵੱਲੋਂ ਸੀਰ ਅਧਿਕਾਰੀ ਨਾਲ ਮੀਟਿੰਗ ਜਾਰੀ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਧਿਕਾਰਨਿਤੀ ਕੈ ਦੇ ਚ ਨਿਰਦੇਸ਼ ਪੰਜਾਬ ਸੈਸ਼ਨ ਦੌਰਾਨ ਲੋਕ ਸਭਾ ਤੇ ਰਾਜ ਸਭਾ ਵਿੱਚ ਕਿਸਾਨਾਂ ਦੇ ਮੁੱਦੇ ਤੇ ਚਰਚਾ ਚੱਲੀ ਰਾਜ ਸਭਾ ਵਿੱਚ ਖੇਤੀਬਾੜੀ ਮੰਤਰੀ ਨੇ ਕਾਨੂੰਨਾਂ ਨੂੰ ਲੈ ਕੇ ਰਾਜ ਸਭਾ ਵਿੱਚ ਸੁਰੱਖਿਆ ਸਰਕਾਰ ਦਾ ਪੱਖ ਕਿਸਾਨਾਂ ਨੂੰ ਖਾਲਿਸਤਾਨੀ ਕਹੇ ਜਾਣ ਦੇ ਪ੍ਰਤਾਪ ਸਿੰਘ ਬਾਜਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਰਾਜ ਸਭਾ ਵਿੱਚ ਕੇਰੀ ਮੋਦੀ ਸਰਕਾਰ ਕੇ ਹੱਥ ਪੂਸੀ ਸਾਨੂੰ ਰਾਸ਼ਟਰਵਾਦ ਨਾ ਸਿਖਾਓ ਹੋਣ ਖਬਰਾਂ ਵਿਸਥਾਰ ਨਾਲ ਕਿਸਾਨਾਂ ਵੱਲੋਂ 6 ਫਰਵਰੀ ਦੇ ਚੱਕਾ ਜਾਮ ਸੰਬੰਧੀ ਕੀਤੀ ਗਏ ਐਲਾਨ ਤੋਂ ਬਾਅਦ ਦਿੱਲੀ ਦੇ ਕਮਿਸ਼ਨਰ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਵਿਸ਼ੇਸ਼ ਸੈਸ਼ਨ ਦੌਰਾਨ ਲੋਕ ਸਭਾ ਤੇ ਰਾਜ ਸਭਾ ਵਿੱਚ ਕਿਸਾਨਾਂ ਦੇ ਮੁੱਦੇ ਤੇ ਚਰਚਾ ਜਾ ਰਹੀ ਹੈ ਇਸੇ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਰਾਸ਼ਪਤੀ ਦੇ ਭਾਸ਼ਣ ਦੇ ਧੰਨਵਾਦ ਪ੍ਰਸਤਾਵ ਤੇ ਆਪਣੀ ਗੱਲ ਰੱਖੀ ਚਰਚਾ ਦੌਰਾਨ ਤੋਮਰ ਨੇ ਕਿਸਾਨਾਂ ਨੂੰ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਦੱਸਿਆ ਤੋਮਰ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਭਲੇ ਲਈ ਵਚਨਬੱਧ ਹੈ ਤੋਮਰ ਨੇ ਵਿਰੋਧੀ ਧਿਰ ਤੇ ਨਿਸ਼ਾਨਾ ਸਾਧਦੇ ਹੋਇਆ ਕਿਹਾ ਕਿ ਮੰਨਿਆ ਕਿ ਤੁਸੀਂ ਮੰਨ ਰਿਹਾ ਸ਼ੁਰੂ ਕੀਤੀ ਪਰ ਤੁਹਾਡੇ ਸਮੇਂ ਇਸ ਵਿੱਚ ਟੋਈ ਵੀ ਪੁੱਟੇ ਜਾਂਦੇ ਸਨ ਅਸੀਂ ਇਸ ਨੂੰ ਸੁਧਾਰਨ ਦਾ ਕੰਮ ਕੀਤਾ ਹੈ ਉਹਨਾਂ ਕਿਹਾ ਹੈ ਕਿ ਅਸੀਂ ਕਿਸਾਨਾਂ ਦੇ ਹਿਤ ਵਿੱਚ ਕੰਮ ਕਰ ਰਹੇ ਹਾਂ ਪਿੰਡ ਗਰੀਬ ਅਤੇ ਕਿਸਾਨਾਂ ਲਈ ਕੰਮ ਕਰਨਾ ਸਰਕਾਰ ਦਾ ਧਰਮ ਹੈ ਉਥੇ ਰਾਸਵ ਵਿੱਚ ਅੱਜ ਫਿਰ ਕਿਸਾਨ ਆंदोलਨ ਦਾ ਮੁੱਦਾ ਚੁਕਿਆ ਗਿਆ ਹੈ ਇਸ ਦੌਰਾਨ ਕਾਂਗਰਸ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਖਾਲਿਸਤਾਨੀ ਕਹੇ ਜਾਂਦੇ ਮੁੱਦੇ ਤੇ ਸਰਕਾਰ ਨੂੰ ਕੇਰਿਆ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਰਾਸ਼ਵਤਨਾ ਦੇ ਵਿੱਚ ਮੈਨੂੰ ਹਰ ਸਾਡੇ ਪੰਜਾਬ ਵਿੱਚ ਹਰ ਮਹੀਨੇ ਇੱਕ ਬੱਚਾ ਤਿਰੰਗੇ ਵਿੱਚ ਲਿਪਟ ਕੇ ਇੱਥੇ ਪਹੁੰਚਦਾ ਹੈ ਉਹਨਾਂ ਨੇ ਸਰਕਾਰ ਤੋਂ ਸਵਾਲ ਕੀਤਾ ਕਿ ਕਰੋਨਾ ਕਾਲ ਵਿੱਚ ਚੋਰ ਦਰਵਾਜ਼ੇ ਨਾਲ ਖੇਤੀ ਕਾਨੂੰਨਾਂ ਨੂੰ ਆਰਡੀਨੈਂਸ ਦੇ ਤੌਰ ਤੇ ਲਿਆਂਦੀ ਕੀ ਲੋੜ ਸੀ ਜਦੋਂ ਇੰਨੇ ਸਾਲ ਇੰਤਜ਼ਾਰ ਕੀਤਾ ਤਾਂ 6 ਮਹੀਨੇ ਹੋਰ ਇੰਤਜ਼ਾਰ ਕਿਉਂ ਨਹੀਂ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਇਹ ਸਾਰਾ ਭਾਸ਼ਣ ਪੰਜਾਬੀ ਵਿੱਚ ਦਿੱਤਾ ਹਨੀ ਹੈ ਉਸ ਟਾਈਮ ਇੱਕ ਚੋਰ ਦਰਵਾਜ਼ੇ ਦੇ ਜ਼ਰੀਏ ਬੈਕ ਡੋਰ ਦੇ ਜ਼ਰੀਏ ਔਰ ਲਿੰਸਾਂ ਦੇ ਰੂਪ ਦੇ ਵਿੱਚ ਇਹ ਲੈ ਕੇ ਆਏ ਇਹ ਮੈਨੂੰ ਪਹਿਲੇ ਦੱਸੇ ਸਰਕਾਰ ਇਹ ਆਰਡੀਨੈਂਸਸ ਲਿਆਂਦੀ ਲੋੜ ਕੀ ਸੀ ਜੇ ਅਸੀਂ 71 ਸਾਲ 72 ਸਾਲ ਇਹਨਾਂ ਕਾਨੂੰਨਾਂ ਦੀ ਇੰਤਜ਼ਾਰ ਕਰ ਸਕਦੇ ਸੀ ਤੇ 6 ਮਹੀਨੇ ਹੋਰ ਕਿਉਂ ਨਹੀਂ ਸੀ ਕੀਤੀ ਜਾਸਦ ਇਸੇ ਗੱਲ ਕਾਰਨ ਅਜ ਮੋਦੀ ਸਾਹਿਬ ਤੁਹਾਡੀ ਸਰਕਾਰ ਤੇ ਪੰਜਾਬ ਦੇ ਹਰਿਆਣੇ ਦੇ ਵੈਸਟਰਨ ਯੂਪੀ ਦੇ ਰਾਜਸਥਾਨ ਤੇ ਬਾਰ ਦੇ ਕਿਸਾਨਾਂ ਦਾ ਫੇਥ ਨਹੀਂ ਹੈ ਯਕੀਨ ਨਹੀਂ ਹੈ ਉਹਨਾਂ ਨੂੰ ਪਤਾ ਹੈ ਚੰਦ ਪੂੰਜੀ ਪੱਤੀਆਂ ਦੇ ਬੈਨੀਫਿਟ ਵਾਸਤੇ ਕਾਨੂੰਨ ਲੈ ਕੇ ਆਏ ਨੇ ਇਹ ਕਿਸਾਨਾਂ ਦੇ ਬੈਨੀਫਿਟ ਵਾਸਤੇ ਕਿਸਾਨਾਂ ਦੇ ਹੱਕ ਦੇ ਕਾਨੂੰਨ ਨਹੀਂ ਨੇ ਇਹ ਚੀਜ਼ ਆਫਗਾਨਿਸਤਾਨ ਵਿੱਚ ਵੇਖੀਆਂ ਸੀ ਇਹ ਚੀਜ਼ਾਂ ਇਰਾਕ ਦੇ ਵਿੱਚ ਸਦਾਮ ਹਸੈਨ ਦੇ ਵੇਲੇ ਵੇਖੀਆਂ ਸੀ ਇਹ ਲਿਬੀਆ ਦੇ ਵਿੱਚ ਕਰਨਲ ਗਦਾਫੀ ਵੇਲੇ ਵੇਖੀਆਂ ਸੀ ਇਹ ਯੂਗੈਂਡਾ ਦੇ ਵਿੱਚ ਇਦੀ ਮੀਨ ਵੇਲੇ ਵੇਖੀਆਂ ਸੀ ਇਹ ਮਹਾਤਮਾ ਗਾਂਧੀ ਦੇ ਦੇਸ਼ 'ਚ ਕਦੀ ਕਿਸੇ ਨੇ ਸੁਪਨੇ ਵਿੱਚ ਵੀ ਇੰਨੀ ਚੀਜ਼ ਵੇਖੀਆਂ ਜੋ ਸਾਡੇ ਕਿਸਾਨ ਵੀਰਾਂ ਨਾਲ ਹੋ ਰਿਹਾ ਲਾਲ ਕਿਲੇ ਦੇ ਉੱਤੇ ਜੋ ਕੁਝ ਹੋਇਆ 26 ਜਨਵਰੀ ਨੂੰ ਸਾਨੂੰ ਬੜਾ ਅਫਸੋਸ ਸਾਨੂੰ ਬੜਾ ਦੁੱਖ ਆਈ ਕੰਡੈਮਨਡ ਦੈਟ ਹਾਲ ਇਨਸੀਡੈਂਟ ਵਾਟ ਹੈਪਨਡ ਸਾਨੂੰ ਤੁਸੀਂ ਨੈਸ਼ਨੈਲਿਟੀ ਨਾ ਸਕੋ ਸਾਡਾ ਹਰ एक बच्चा हर महीने नेशनल फ्लैग में लिपट कर हर महीने पंजाब और हरियाणा का आता है आप हमें नेशनलिज्म सिखाएंगे भाई हमारे नौवे गुरु गुरु तेग बहादुर महाराज गुरु तेग बहादुर जी ने किसके लिए शहादत दी थी उन्होंने शहादत दी कश्मीरी ब्राह्मण्स के लिए और आप हमें खालिस्तानी कहते हो अगर गुरु गोविंद ना होते इस देश की एक ही और होती आप हमें कह रहे हो किसी को गदार कह रहे हो किसी को आप एंटी नेशनल कह रहे हो पहले सोचना और ऐसा मैं गुजारिश करना चाहूंगा गवर्नमेंट ऐसा काम मत करो ਬਜਟ ਸੈਸ਼ਨ ਦੌਰਾਨ ਲੋਕ ਸਭਾ ਤੇ ਰਾਜ ਸਭਾ ਵਿੱਚ ਕਿਸਾਨਾਂ ਦੇ ਮੁੱਦੇ ਤੇ ਚਰਚਾ ਜੋ ਆ ਰਹੀ ਹੈ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਕਿ ਕਿ ਕਿਸਾਨਾਂ ਨੂੰ ਸਨਮਾਨਜਨਕ ਤਰੀਕੇ ਨਾਲ ਸੁਣਿਆ ਜਾਣਾ ਚਾਹੀਦਾ ਹੈ ਇਹੀ ਇਸ ਵਿਵਾਦ ਨੂੰ ਹੱਲ ਕਰਨ ਦਾ ਇੱਕਮਾਤਰ ਤਰੀਕਾ ਹੈ ਕਹਤਾ ਹੂੰ ਕਿ ਇਤਨਾ बड़ा एहसान इस देश पर किसान ने किया लेकिन अब आज वही किसान देश के एजिटेशन चार महीने से ज़्यादा हो गए वो बैठा है और दो महीने से ज्यादा ज़्यादातर बॉर्डरों पर बैठा है और लाखों की तादाद में बैठा है तो मैं समझता हूँ कि उनकी ये समझनी चाहिए ग्यारह हो ली कोई रिजल्ट नहीं निकला तो मैं ये महसूस करता हूँ कि उनको इंसाफ़ मिलना चाहिए सरकार कहती है कि ये तो आ, किसान के हक़ में है लेकिन किसान कहता है ये हमारे खिलाफ है तो किसान की बात माननी चाहिए किसान ने अपनी ज़मीन ख़राब ली कर ली पानी नीचे चला गया लेकिन उनको इतना तो चाहिए कि उनकी मांग है जो पूरी की जाए कि प्रधानमंत्री जी को इनिशिएटिव लेना चाहिए और रिस्पेक्टफुल वे से ਉਨਕੇ ਸਾਥ ਬੈਠ ਕੇ ਬਾਤ ਕਰਕੇ ਮਕਾਨੀ ਚਾਹੀਏ ਕਿਸਾਨਾਂ ਦਾ ਅੰਦੋਲਨ ਹਾਲੇ ਵੀ ਜਾਰੀ ਹੈ ਅੰਦੋਲਨ ਨੂੰ ਸਾਰੇ ਦੇਸ਼ ਤੋਂ ਸਮਰਥਨ ਪ੍ਰਾਪਤ ਮਿਲਣ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ ਹਾਲਾਂਕਿ ਇਸ ਸਮਰਥਨ ਨੂੰ ਲੈ ਕੇ ਵੀ ਬਹੁਤ ਵਿਵਾਦ ਖੜਾ ਹੋ ਗਿਆ ਹੁਣ ਕਿਸਾਨ ਅੰਦੋਲਨ ਦੇ ਆਗੂ ਰਾਕੇਸ਼ ਟਿਕਾਤ ਨੇ ਵੀ ਇਸ ਤੇ ਟਿੱਪਣੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਰਿਹਾਨਾਂ ਨੂੰ ਨਹੀਂ ਜਾਣਦੇ ਨੇ ਕਿ ਉਹ ਕੌਣ ਨੇ ਪਰ ਜੇ ਕੋਈ ਵਿਦੇਸ਼ੀ ਇਸ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ ਤਾਂ ਉਹ ਕੁਝ ਲੈ ਤਾਂ ਨਹੀਂ ਰਿਹਾ ਕੀਤ ਨੇ ਅੱਗੇ ਕਿਹਾ ਹੈ ਕਿ ਕਿਸਾਨ ਅੱਗੇ ਦੀ ਰਣਨੀਤੀ ਤੇ ਕੰਮ ਕਰ ਰਹੇ ਨੇ 6 ਫਰਵਰੀ ਨੂੰ ਸਾਰੇ ਕਿਸਾਨ ਸੰਗਠਨ ਦੇਸ਼ ਭਰ ਵਿੱਚ 6 ਘੰਟੇ ਦਾ ਜਾਮ ਕਰਨਗੇ ਉਹਨਾਂ ਨੇ ਕਿਹਾ ਕਿ ਚੱਕਾ ਜਾਮ ਦੌਰਾਨ ਆਉਣ ਵਾਲੀਆਂ ਗੱਡੀਆਂ ਨੂੰ ਲੰਗਰ ਦਾ ਪਾਣੀ ਦਿੱਤਾ ਜਾਵੇਗਾ ਅਤੇ ਉਹ ਉਹਨਾਂ ਨੂੰ ਦੱਸਣਗੇ ਕਿ ਇਹ ਸਰਕਾਰ ਕਿਸਾਨਾਂ ਨਾਲ ਕੀ ਕਰ ਰਹੀ ਹੈ ਸਾਰੇ ਕਿਸਾਨ ਜਿੰਦ ਵਿੱਚ ਤਿਆਰੀ ਕਰ ਰਹੇ ਨੇ ਜਦੋਂ ਲੋਡ ਹੋਵੇਗੀ ਤਾਂ ਉਹ ਇੱਥੇ ਆਉਣਗੇ ਇਸ ਦੇ ਨਾਲ ਹੀ ਪਰਧਾਨ ਮੰਤਰੀ ਮੋਦੀ ਦੇ ਫੋਨ ਕਾਲ ਤੇ ਟਿਕਿਆ ਤੇ ਕਿਹਾ ਕਿ ਉਹ ਕਿਹੜਾ ਨੰਬਰ ਹੈ ਉਹ ਇਸ ਤੇ ਗੱਲ ਕਰਨਗੇ ਪਰ ਸਾਡੇ ਬਹੁਤ ਸਾਰੇ ਕਿਸਾਨ ਅਜੇ ਵੀ ਲਾਪਤਾ ਨੇ ਹੁਣ ਵਾਅਦੇ ਕੁਸ਼ੋਰ ਖਪਰਵਲ ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਵਾਲੀ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ ਅੱਜ ਆਪਣੇ ਕਾਗਜ਼ ਵਾਪਸ ਲੈ ਸਕਣਗੇ ਇਸ ਦੇ ਨਾਲ ਹੀ ਚੋਣ ਲੜਨ ਦੇ ਯੋਗ ਉਮੀਦਵਾਰ ਨੂੰ ਅੱਜ ਚੋਣ ਨਿਸ਼ਾਨ ਅਲਾਟ ਕੀਤੇ ਜਾ ਰਹੇ ਹਨ ਅੱਜ ਕਰੋਨਾ ਦਾ ਘੇਰ ਲਗਾਤਾਰ ਹੀ ਚੱਲ ਰਿਹਾ ਹੈ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 12408 ਨਵੇਂ ਕੇਸ ਮਿਲੇ ਨੇ ਅਤੇ 15853 ਮਰੀਜ਼ ਠੀਕ ਹੋਏ ਨੇ ਕਰੋਨਾ ਕਾਰਨ 120 ਮੌਤਾਂ ਹੋਈਆਂ ਨੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 49,68445 ਵਿਅਕਤੀਆਂ ਦੇ ਕਰੋਨਾ ਦਾ ਟੀਕਾ ਲਗਾਇਆ ਜਾ ਚੁੱਕਾ ਹੈ RBI గవర్నర్ ଶక్తికాంత్ దాస్ ਨੇ ਅੱਜ ਨਵੀਂ ਕ੍ਰੈਡਿਟ ਪਾਲਿਸੀ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਰਿజర్వ్ ਬੈਂਕ ਮੁਤਾਬਕ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਜਦੋਂ ਕਿ ਸਾਲ 2021-22 ਲਈ 10.5 ਫੀਸਦੀ ਦਰ ਨਾਲ ਆਰਥਿਕਤਾ ਦੇ ਵਿਆਸ ਵਿਕਾਸ ਦਾ ਅੰਦਾਜ਼ਾ ਲਗਾਇਆ ਗਿਆ ਇਸ ਦੇ ਨਾਲ ਹੀ ਦੇਸ਼ ਦਾ ਬਜਟ ਪੇਸ਼ ਹੋਣ ਮਗਰੋਂ MPC ਦੀ ਇਹ ਪਹਿਲੀ ਬੈਠਕ ਸੀ ਇਸ ਤੋਂ ਬਾਅਦ RBI గవర్నర్ ਸ਼ਕਤੀకాంత్ దాਸ ਨੇ ਕਿਹਾ ਕਿ ਕਮੇਟੀ ਨੇ ਸਰਬਸੰਮਤੀ ਨਾਲ ਰੈਪੋ ਰੇਟ ਵਿੱਚ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ COVID-19 ਕਾਰਨ ਪਿਛਲੇ 11 ਮਹੀਨਿਆਂ ਤੋਂ ਬੰਦ ਪਈ ਦਿੱਲੀ ਕਾਲਕਾ ਸ਼ਤਾਬਦੀ ਸੁਪਰਫਾਸਟ 8 ਫਰਵਰੀ ਤੋਂ ਚਲਾਉਣ ਦਾ ਐਲਾਨ ਕੀਤਾ ਗਿਆ ਅੰਬਾਲਾ ਮੰਡਲ ਦੇ ਸੀਨੀਅਰ ਡੀਸੀ ਐਨ ਹਰੀਮੋਹਨ ਨੇ ਦੱਸਿਆ ਕਿ ਕਲਕਾ ਨਵੀਂ ਦਿੱਲੀ ਵਿਚਕਾਰ ਮੁਸਾਫਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਰੂਟ ਤੇ ਦੂਸਰੀ ਸ਼ਤਾਬਦੀ ਨੂੰ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਆਨਲਾਈਨ ਅਤੇ ਰਿਜ਼ਰਵੇਸ਼ਨ ਕਾਊਂਟਰਾਂ ਤੇ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਟ੍ਰੇਨ ਦਿੱਲੀ ਤੋਂ 8 ਫਰਵਰੀ ਨੂੰ ਚੱਲੇਗੀ ਜਦੋਂ ਕਿ ਕਲਕੱਤਾ ਤੋਂ ਨਵੀਂ ਦਿੱਲੀ ਲਈ 9 ਫਰਵਰੀ ਨੂੰ ਰਵਾਨਾ ਹੋਵੇਗੀ। ਰੇਲ ਗੱਡੀ ਪਾਣੀਪਤ, ਕੁਰੂਕਸ਼ੇਤਰ, ਅੰਬਾਲਾ, ਸ਼ਾਹਵਨੀ, ਚੰਡੀਗੜ੍ਹ ਸਟੇਸ਼ਨ ਤੇ ਰੁਕੇਗੀ। ਰੇਲਵੇ ਬੋਰਡ ਵੱਲੋਂ ਕਲਕਾ ਨਵੀਂ ਦਿੱਲੀ ਵਿਚਕਾਰ ਦੂਸਰੀ ਸ਼ਤਾਬਦੀ ਸੁਪਰਫਾਸਟ ਟ੍ਰੇਨ ਸ਼ੁਰੂ ਕਰ ਦਿੱਤੀ ਗਈ ਹੈ। ਪੜਾਈ ਦੇ ਤੌਰ ਤੇ ਕੈਨੇਡਾ ਜਾਣ ਦੇ ਚੁੱਕ ਭਾਰਤੀ ਵਿਦਿਆਰਥੀਆਂ ਨੂੰ ਹੁਣ ਵੀਨੇ ਪੱਤਰ ਜਮ੍ਹਾਂ ਕਰਵਾਉਣ ਤੋਂ ਬਾਅਦ ਕਰੀਬ 4 ਤੋਂ 6 ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪਵੇਗਾ। ਕੈਨੇਡਾ ਸਰਕਾਰ ਨੇ ਕੋਵਿਡ-19 ਕਾਰਨ ਵੀਜ਼ਾ ਨਿਯਮਾਂ ਵਿੱਚ ਇੱਕ ਵਾਰ ਫਿਰ ਤੋਂ ਪੱਤਲਾ ਕੀਤਾ ਜਿਸ ਵਿੱਚ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਸਿਰਫ 4 ਏਅਰਪੋਰਟਾਂ ਤੇ ਯਾਨੀ ਕਿ ਵੈਨਕੂਵਰ, ਟੋਰਾਂਟੋ, ਕੈਲਗਰੀ, ਮੌਂਟਰੀਅਲ ਤੇ ਹੀ ਲੈਂਡਿੰਗ ਦੀ ਆਗਿਆ ਹੋਵੇਗੀ। ਇਸ ਦੇ ਨਾਲ ਹੀ ਕੈਨੇਡਾ ਪਹੁੰਚਣ ਵਾਲੇ ਹਰ ਵਿਦਿਆਰਥੀ ਨੂੰ ਏਅਰਪੋਰਟ ਤੇ ਹੀ ਆਪਣਾ ਕਰੋਨਾ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ। ਮਨਵਾਦਿਆ ਮੌਸਮ ਦੇ ਹਾਲਤੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਮੌਸਮ ਇਸ ਵੇਲੇ ਮੂੜ ਖਰਾਬ ਹੋ ਰਿਹਾ ਹੈ ਪੰਜਾਬ ਹਰਿਆਣਾ ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਮੀਂਹ ਪਏ ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਤਬਦੀਲੀ ਹੋਈ ਹੈ ਇਸ ਵਾਰ ਇਹ ਫਰਵਰੀ ਮਹੀਨੇ ਵਿੱਚ ਵੀ ਸਖਤ ਠੰਡ ਪੈ ਰਹੀ ਹੈ ਭਾਰਤ ਦੇ ਉੱਤਰੀ ਤੇ ਮੱਧ ਇਲਾਕਿਆਂ ਵਿੱਚ ਵੀ ਇਸ ਵੇਲੇ ਠੰਡ ਪੈ ਰਹੀ ਹੈ ਹਿਮਾਲਾ ਪਹਾੜਾ ਦੇ ਪਹਾੜਾ ਉੱਤੇ ਵੀ ਬਰਫਬਾਰੀ ਦਾ ਦੌਰ ਚੱਲ ਰਿਹਾ ਹੈ ਦੇਸ਼ ਦੇ ਕੁਝ ਇਲਾਕਿਆਂ ਵਿੱਚ ਵੀ ਪੈ ਸਕਦਾ ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ 24 ਘੰਟਿਆਂ ਵਿੱਚ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਤੇ ਲਦਾਖ ਵਿੱਚ ਭਾਰੀ ਮੀਂਹ ਪੈ ਸਕਦਾ ਤੇ ਬਰਬਾਰੀ ਹੋ ਸਕਦੀ ਹੈ ਪੰਜਾਬ ਹਰਿਆਣਾ ਦਿੱਲੀ ਬਿਹਾਰ ਮਧ ਪ੍ਰਦੇਸ਼ ਛਤੀਸਗੜ ਤੇ ਉੱਤਰ ਪ੍ਰਦੇਸ਼ ਵਿੱਚ ਗਰਜ ਨਾਲ ਛਿਟਾ ਪੈਣ ਦੀ ਸੰਭਾਵਨਾ ਹੈ ਵਿਭਾਗ ਨੇ ਖਰਾ ਮੌਸਮ ਲਈ yellow alert ਵੀ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਮੁਤਾਬਕ ਕੁਝ ਦਿਨ ਇੰਝ ਹੀ ਮੌਸਮ ਖਰਾਬ ਰਹਿ ਸਕਦਾ ਹੈ ਇਹਨਾਂ ਸਮਝਦੋ ਆ ਗਿਆ ਧੰਨਵਾਦ